ਸ਼੍ਰੀ ਮੁਕਤਸਰ ਸਾਹਿਬ ਦੀ ਗੋਨਿਆਣਾ ਰੋਡ 'ਤੇ ਸਥਿਤ ਇੱਕ ਘਰ ਵਿੱਚ ਬੀਤੀ ਰਾਤ ਅਣਪਛਾਤੇ ਵਿਅਕਤੀਆਂ ਨੇ ਦਾਖਲ ਹੋ ਕੇ ਸ਼ਰੇਆਮ ਗੋਲੀਆਂ ਮਾਰ ਕੇ ਵਿਅਕਤੀ ਨੂੰ ਮਾਰ ਦਿੱਤਾ ਹੈ। ਮ੍ਰਿਤਕ ਦੀ ਪਛਾਣ ਚਮਕੌਰ ਸਿੰਘ 35 ਸਾਲਾ ਚਮਕੌਰ ਸਿੰਘ ਵਜੋਂ ਹੋਈ ਹੈ, ਜਿਸ 'ਤੇ ਕਾਤਲਾਂ ਨੇ ਲਗਾਤਾਰ 3 ਫਾਇਰ ਕੀਤੇ, ਜਿਸ ਦੀ ਸੂਚਨਾ ਮਿਲਣ 'ਤੇ ਪਹੁੰਚੀ ਪੁਲਿਸ ਨੇ ਮ੍ਰਿਤਕ ਚਮਕੌਰ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਸਰਕਾਰੀ ਹਸਪਤਾਲ ਵਿੱਚ ਰਖਵਾ ਦਿੱਤਾ ਅਤੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ 'ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਵੇਲੇ ਦੀ ਵੱਡੀ ਖਬਰ, ਮੁਕਤਸਰ ਸਾਹਿਬ ਦੋਹਾਂ ਪਿੰਡ ਜਵਾਰੇਵਾਲਾ ਵਿੱਚ ਹੋਏ ਕਤਲੇਆਮ ਤੋਂ ਬਾਅਦ ਮੁਕਤਸਰ ਸਾਹਿਬ ਦੇ ਗੋਨਿਆਣਾ ਰੋਡ 'ਤੇ ਸਥਿਤ ਇੱਕ ਘਰ ਵਿੱਚ ਬੀਤੀ ਰਾਤ ਕੁਝ ਅਣਪਛਾਤੇ ਵਿਅਕਤੀਆਂ ਨੇ ਦਾਖਲ ਹੋ ਕੇ ਸ਼ਰੇਆਮ ਫਾਇਰਿੰਗ ਕਰਕੇ ਇੱਕ ਵਿਅਕਤੀ ਦਾ ਕਤਲ ਕਰ ਦਿੱਤਾ ਹੈ। ਨਾ ਜੇ ਆ ਹੀ ਸਾਡੇ ਭਰਾ ਦੇ ਇੱਥੇ ਫਾਇਰ ਮਾਰ ਕੇ ਗਏ ਸੀ ਮੁੰਡੇ। ਉਸ ਟਾਈਮ ਅਸੀਂ ਬਾਹਰ ਖੜ੍ਹੇ ਸੀਗੇ, ਪਹਿਲਾਂ ਸਾਡੇ ਕੋਲ ਖੜ੍ਹਾ ਸੀਗਾ ਬਾਈ, ਅਤੇ ਬਾਈ ਕਹਿੰਦਾ ਵਾਹਵਾ ਟਾਈਮ ਜਿਹਾ ਹੋ ਜਾਂਦਾ ਸੀਗਾ ਰੋਟੀ ਪਾਣੀ ਖਾਣ ਦਾ, ਅਤੇ ਇੱਕ ਮੁੰਡਾ ਆਇਆ ਸੀ ਮੱਟਾ। ਬਾਈ ਉਹਨੂੰ ਕਹਿੰਦਾ ਵੀ ਚੱਲ ਤੂੰ ਇਹਨੂੰ ਵੀ ਲੈ ਜਾ ਨਾਲ ਹੀ। ਮੇਜਰ ਨੂੰ ਪਹਿਲਾਂ ਮੈਂ ਇੱਥੇ ਬੈਠਾ ਹੋਇਆ ਸੀਗਾ, ਸਾਰੇ ਅਸੀਂ ਬੈਠੇ ਹੁੰਦੇ ਸੀ 5-4 ਜਾਣੇ, ਅਤੇ ਬਾਈ ਜੀ ਕਹਿੰਦੇ ਵੀ ਤੂੰ ਵੀ ਜਾ ਮੇਜਰ, ਚੱਲ ਘਰੇ ਮਾਤਾ ਡੀਕ ਦਿਓਗੀ ਤੇਰੀ, ਅਤੇ ਮੈਂ ਆਪਦੇ ਘਰੇ ਜਾ ਉੜਿਆ ਜੀ। ਉਸ ਤੋਂ ਕੁਛ ਕੀ 20-25 ਮਿੰਟ ਬਾਅਦ ਹੀ ਮੈਨੂੰ ਫੋਨ ਆਇਆ ਮੇਰੇ ਯਾਰ ਦੋਸਤ ਦਾ ਵੀ ਐਂ ਕਰਕੇ ਵੀ ਭਾਈ ਦੇ ਫੈਰ ਮਾਰਤੇ। ਉਸ ਤੋਂ ਬਾਅਦ ਅਸੀਂ ਉੱਥੇ ਪਹੁੰਚੇ ਹਾਂ ਹਸਪਤਾਲ ਜੀ, ਉਸ ਤੋਂ ਬਾਅਦ ਟ੍ਰੀਟਮੈਂਟ ਚੱਲਿਆ, ਉਸ ਤੋਂ ਬਾਅਦ ਸਾਡੇ ਬਾਈ ਨੂੰ ਮੇਰੇ 'ਤੇ ਕਰਾਰ ਦੇ ਦਿੱਤਾ ਜੀ। ਸ਼ੱਕ ਸਾਨੂੰ ਇੱਥੇ ਤਾਂ ਕੋਈ ਨਹੀਂ। ਦੁਪਹਿਰੇ ਸਾਡੇ ਕੋਲ ਗੌਰਵ ਉਹ ਠੇਕੇਦਾਰ ਆਇਆ ਸੀਗਾ ਜੀ, ਉਹ ਸਾਨੂੰ ਇਹ ਕਹਿ ਰਿਹਾ ਸੀਗਾ ਬਾਈ ਜੀ ਨੂੰ ਵੀ ਤੂੰ ਵੀ ਸਾਡਾ ਕੰਮ ਕਰ। ਬਾਈ ਜੀ ਨੇ ਕਿਹਾ ਵੀ ਮੈਂ ਨਹੀਂ ਕਰਨਾ, ਉਹ ਕਹਿੰਦਾ ਵੇਖ ਲਾ ਕਰ ਲਾਂ, ਇਹਦਾ ਕਰਾਉਣਾ ਤਾਂ ਸਾਨੂੰ ਹੀ ਕਰ ਲਾਂਗੇ ਵੀ ਅਸੀਂ ਵੱਡੇ ਵੱਡੇ ਵੀ ਬਲੈਕੀਆਂ ਨੂੰ ਨੱਥ ਪਾਈ ਆ, ਤੂੰ 1,00,000 ਰੁਪਈਆ ਸਾਡੇ ਤੋਂ ਮਹੀਨਾ ਲੈ ਲਾ, ਤੇਰੇ ਨਾਲ ਤਾਂ ਇੰਨੀ ਔਫਰ ਆ। ਬਾਈ ਕਹਿੰਦਾ ਯਾਰ ਵੀ ਤੂੰ ਜਿਵੇਂ ਮਰਜ਼ੀ ਸਹੀ ਆਪਦਾ ਹੋਏਗਾ, ਵੀ ਮੈਂ ਤੇਰੇ ਨਾਲ ਕੋਈ ਹਿੱਸਾ ਪੱਤੀ ਨਹੀਂ ਪਾਉਣੀ। ਉਹ ਸ਼ਰਾਬ ਦਾ ਠੇਕੇਦਾਰ ਆ ਜੀ, ਉਹਨਾਂ ਕੋਲ ਮਲੋਟ ਸਰਕਲ ਵੀ ਆ, ਗਿੱਦੜਵਾਹ ਸਰਕਲ ਵੀ ਆ, ਅਤੇ ਆਹ ਆਪਣੇ ਮੁਕਤਸਰ 'ਚ ਵੀ ਉਹਨਾਂ ਕੋਲ ਆ, ਰੋਡ ਵੀ ਉਹਨਾਂ ਕੋਲ ਹੀ ਆ ਜੀ।